हाँ जी, सत श्री अकाल जी। सुख नर्सिंग एंड फैक्ट्स चैनल दे विच वेलकम है जी सारिआं दा। ते अज एक नवा प्रोजैक्ट लै के, नवी वीडियो लै के तुहाडे अगे हाजिर होया जी। ते है जी 2 इंच दे प्लास्टिक दे पैप जिन्हां दे 4 टुकड़े कर ले आ जी, बराबर हिस्सों दे विच 4 टुकड़े कर ले आ। 2 इंच दा प्लास्टिक दा पाइप है जी, जिहदे 4 बराबर टुकड़े करन तों बाद होणे दा एक स्टैंड बनाया जाणा है जी। वेस्ट पई हुई थाली है जी, उहनूं थोड़ा जिहा सरों दा मतलब कौड़ा तेल लगा लिया है ता कि जदों इहनूं बणे हुए स्टैंड नूं बाहर कढ़ना ते उह सौखा रहे, नाले पूरा शेप दे विच आ जाए। स्टैंड बण दा प्रोसैस शुरू कर लिया जी। ਅਤੇ ਉਹ ਬਣਿਆ ਹੋਇਆ ਜਿਹੜਾ ਮਟੀਰੀਅਲ ਹੈ ਉਹ ਥਾਲੀ ਦੇ ਵਿੱਚ ਪੂਰੇ ਵਧੀਆ ਤਰੀਕੇ ਨਾਲ ਪਾ ਲੈਣਾ ਆ। मटीरियल के नाल नाल जिहड़ियां 4 पाइप के टोटे कीते ही वह भी उहदे विच फिट कर लिया जी, ता कि वह जिहड़ी उहनूं टेबल की शेप है पूरी दित्ती जा सके। हौली हौली जिहड़ा टेबल आ कंप्लीट हो रहा है जी। हुण इहनूं सुकण लई थोड़ा टाइम छड्ड दांगे, थोड़ा जिहा शेप उहदी जिहड़ी आ उह दे लैणी आ। ਹੁਣ ਇਹਨੂੰ ਸੁੱਕਣ ਲਈ ਛੱਡ ਦੇਣਾ ਘੱਟੋ ਘੱਟ 2 ਦਿਨ। ਅਤੇ ਬਹੁਤ ਮਿਹਨਤ ਨਾਲ ਵੀਡੀਓ ਤਿਆਰ ਕੀਤੀ ਹੈ ਜੀ, ਪਲੀਜ਼ ਉਹਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ। ਅਤੇ ਆਓ ਅੱਗੇ ਵੇਖਦੇ ਹਾਂ ਅੱਗੇ ਪ੍ਰੋਜੈਕਟ ਦੇ ਵਿੱਚ ਹੋਰ ਕੀ ਹੋ ਰਿਹਾ। ਘੱਟੋ ਘੱਟ ਜਿਵੇਂ ਦਾ ਮੌਸਮ, ਮੈਨੂੰ 2 ਦਿਨ ਲੱਗ ਜਾਣੇ ਸੁੱਕਦਿਆਂ। 2 ਦਿਨ ਬਾਅਦ ਇਹ ਜਿਹੜਾ ਟੇਬਲ ਆ ਉਹ ਤਿਆਰ ਹੋਊਗਾ।
ਹੁਣ ਅੱਗੇ ਹੈ ਜੀ ਜਿਹੜਾ ਗਮਲਿਆਂ ਦਾ ਆਪਾਂ ਟਾਵਰ ਤਿਆਰ ਕਰਨਾ ਆ ਅਤੇ ਉਹਦਾ ਵੀ ਮੈਂ ਆਲਰੇਡੀ ਜਿਹੜਾ ਸਟੈਂਡ ਉਹ ਬਣਾ ਕੇ ਰੱਖ ਲਿਆ ਸੀ ਅਤੇ ਉਹਨਾਂ ਨੂੰ ਸ਼ੇਪ ਵਾਈਜ਼ ਗਮਲੇ ਜਿਹੜੇ ਉਹਦੇ ਉੱਪਰ ਫਿੱਟ ਕਰਤੇ ਆ। ਇਹਦਾ ਸਟੈਂਡ ਤਿਆਰ ਕਰ ਲਈ ਪਹਿਲਾਂ ਇਹਦੇ 'ਤੇ ਹਲਕਾ ਹਲਕਾ ਜਿਹੜਾ ਪੇਂਟ ਕਰ ਲਿਆ ਸੀ ਥੋੜ੍ਹੇ ਡਿਜ਼ਾਇਨ ਟੈਪ, ਹੁਣ ਉਹਦਾ ਜਿਹੜਾ ਫਾਈਨਲੀ ਪੇਂਟ ਕਰਨਾ ਆ ਉਹਦੀ ਵੀਡੀਓ ਅੱਗੇ ਆ ਰਹੀ ਹੈ ਜੀ। ਇਹਨੂੰ ਕਿਵੇਂ ਪੇਂਟ ਕੀਤਾ ਹੈ, ਕਿਵੇਂ ਇਹਦੇ 'ਤੇ ਡਿਜ਼ਾਇਨ ਪਾਏ ਆ, ਸਾਰਾ ਜਿਹੜਾ ਉਹ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਨਜ਼ਰ ਆਊਗਾ। ਅਤੇ ਹੁਣ ਦੋਵੇਂ ਚੀਜ਼ਾਂ ਜਿਹੜੀਆਂ ਆ ਸਟੈਂਡ ਵੀ ਅਤੇ ਜਿਹੜਾ ਗਮਲਿਆਂ ਦਾ ਟਾਵਰ ਆ ਉਹ ਵੀ ਦੋਵੇਂ ਚੀਜ਼ਾਂ ਸੁੱਕ ਚੁੱਕੀਆਂ ਅਤੇ ਹੁਣ ਇਹਨੂੰ ਫਾਈਨਲ ਪੇਂਟ ਕਰਨਾ ਆ। ਫਾਈਨਲ ਪੇਂਟ ਕਰਨ ਤੋਂ ਬਾਅਦ ਲੁੱਕ ਵਾਈਜ਼ ਵਧੀਆ ਦਿਖੂਗਾ। ਅਤੇ ਜਿਹੜੇ ਇਹਦੇ ਨਾਲ ਗਮਲੇ ਫਿੱਟ ਕੀਤੇ ਆ ਜੀ ਉਹ 4 ਇੰਚ ਸਾਈਜ਼ ਆ ਉਹਨਾਂ ਦਾ, ਅਤੇ ਉਹਨਾਂ ਨੂੰ ਫਿੱਟ ਕਰਨ ਤੋਂ ਪਹਿਲਾਂ ਉਹਨਾਂ ਦੇ ਥੱਲੇ ਜਿਹੜਾ ਆ ਉਹ ਡਰੇਨ ਹੋਲ ਬਣਾ ਲੈਣਾ ਆ। ਮੈਂ 2 ਡਰੇਨ ਹੋਲ ਕੀਤੇ ਆ ਤਾਂ ਕਿ ਜਿਹੜਾ ਪਾਣੀ ਆ ਉਹ ਵਧੀਆ ਤਰੀਕੇ ਨਾਲ ਡਰੇਨ ਹੋ ਸਕੇ। ਅਤੇ ਹਰ 6 ਗਮਲੇ ਫਿੱਟ ਕੀਤੇ ਆ ਅਤੇ ਹਰ ਗਮਲੇ ਦੇ ਥੱਲੇ ਜਿਹੜਾ ਆ ਡਰੇਨ ਹੋਲ ਬਣਾ ਕੇ ਰੱਖਿਆ ਆ ਤਾਂ ਕਿ ਜਿਹੜਾ ਪਾਣੀ ਆ ਉਹ ਗਮਲਿਆਂ ਦੇ ਵਿੱਚ ਖੜ੍ਹਾ ਨਾ ਰਹੇ ਅਤੇ ਜਿਹੜਾ ਪਲਾਂਟ ਆ ਵਧੀਆ ਤਰੀਕੇ ਨਾਲ ਚੱਲ ਸਕੇ। ਪੇਂਟ ਕਰਨ ਤੋਂ ਬਾਅਦ ਜਿਹੜੇ ਉਹਦੇ ਗਮਲੇ ਉਹਦੇ ਨਾਲ ਟਾਈਟ ਕਰਤੇ ਆ ਜੀ, ਅਤੇ ਹੁਣ ਇਹ ਦੋਵੇਂ ਚੀਜ਼ਾਂ ਜਿਹੜੀਆਂ ਨਾ ਬਿਲਕੁਲ ਰੈਡੀ ਨੇ। ਅਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਕਿਵੇਂ ਲੱਗੀਆਂ ਇਹ ਦੋਵੇਂ ਚੀਜ਼ਾਂ। ਅਤੇ ਹੁਣ ਇਹਦੀ ਵਾਰੀ ਹੈ ਜੀ ਇਹਨੂੰ ਫਿਲ ਅਪ ਕਰਨ ਦੀ। ਇਹਦੇ ਵਿੱਚ ਅਤੇ ਫਾਈਨਲੀ ਹੁਣ ਟਾਈਮ ਆ ਗਿਆ ਜੀ ਗਮਲਿਆਂ ਦੇ ਵਿੱਚ ਜਿਹੜਾ ਮਟੀਰੀਅਲ ਐਡ ਕਰਕੇ ਅਤੇ ਇਹਦੇ ਵਿੱਚ ਪਲਾਂਟ ਲਗਾਏ ਜਾਣ ਤਾਂ ਕਿ ਜਿਹੜਾ ਇਹ ਸੁੱਕ ਨਰਸੀਅਨ ਫੈਕਸ ਦੀ ਹੋਰ ਜ਼ਿਆਦਾ ਲੁੱਕ ਬਣਾ ਸਕੇ। ਅਤੇ ਜਿਹੜੀ ਮੈਂ ਮਿਕਸਰ ਤਿਆਰ ਕੀਤਾ ਜੀ ਉਹਦੇ ਵਿੱਚ ਪਰਲਾਈਟ, ਕੋਕੋਪੀਟ, ਵਰਮੀ ਕੰਪੋਸਟ ਅਤੇ ਵਰਮੀ ਕਲਾਈਟ 4 ਚੀਜ਼ਾਂ ਪਾਈਆਂ ਆ ਜੀ। ਇਹਨਾਂ ਨੂੰ ਜਿਹੜੇ ਗਮਲੇ ਆ 4 ਇੰਚ ਗਮਲੇ ਆ ਇਹਨਾਂ ਦੇ ਵਿੱਚ ਹਲਕੀ ਅਤੇ ਵੈਲ ਡਰੇਨ ਸੋਇਲ ਹੋਣੀ ਚਾਹੀਦੀ ਆ ਤਾਂ ਕਿ ਜ਼ਿਆਦਾ ਵੇਟ ਵੀ ਨਾ ਹੋਵੇ ਅਤੇ ਡਰੇਨ ਵੀ ਪਾਣੀ ਜਿਹੜਾ ਵਧੀਆ ਤਰੀਕੇ ਨਾਲ ਡਰੇਨ ਹੋ ਸਕੇ, ਕਿਉਂਕਿ ਇਹ 1 ਪੇਜ ਦੇ ਨਾਲ ਹੈਂਗ ਕੀਤੇ ਆ ਅਤੇ ਜ਼ਿਆਦਾ ਇਹਨਾਂ ਦਾ ਵੇਟ ਨਹੀਂ ਹੋਣਾ ਚਾਹੀਦਾ। ਇਸ ਕਰਕੇ ਇਹ ਜਿਹੜੀ ਆ ਮਿਕਸਰ ਆ ਹਲਕਾ ਤਿਆਰ ਕੀਤਾ ਆ। ਜਿਹੜਾ ਪਹਿਲਾ ਪਲਾਂਟ ਇਹਦੇ ਵਿੱਚ ਲਾਇਆ ਹੈ ਜੀ ਉਹ ਹੈ ਜੀ ਸਪਾਈਡਰ ਪਲਾਂਟ। ਸਪਾਈਡਰ ਪਲਾਂਟ ਨੂੰ ਵੀ ਹਲ ਛੋਟੇ ਜਿਹੇ ਪੋਟ ਦੇ ਵਿੱਚ ਗਰੋ ਕੀਤਾ ਜਾ ਸਕਦਾ ਅਤੇ ਇਹ ਬੜਾ ਵਧੀਆ ਚੱਲਦਾ ਹੈ ਜੀ। 4 ਇੰਚ ਦੇ ਪੋਟ ਦੇ ਵਿੱਚ ਲਾਇਆ ਅਤੇ ਇਹ ਵੀ ਬਹੁਤ ਵਧੀਆ ਵਧੀਆ ਅਤੇ ਘੱਟ ਮਿੱਟੀ ਦੇ ਵਿੱਚ ਘੱਟ ਜਿਹੜਾ ਮਿਕਸਰ ਪਾਇਆ ਉਹਦੇ ਵਿੱਚ ਵੀ 4 ਇੰਚ ਵਿੱਚ ਵੀ ਵਧੀਆ ਗਰੋ ਹੋ ਸਕਦਾ ਹੈ। ਇਸ ਕਰਕੇ ਉਹ ਪਲਾਂਟ ਚੂਜ਼ ਕੀਤੇ ਆ ਜਿਨ੍ਹਾਂ ਨੂੰ ਜਗ੍ਹਾ ਜਿਹੜੀ ਘੱਟ ਚਾਹੀਦੀ ਹੈ। ਅਤੇ ਦੂਜਾ ਪਲਾਂਟ ਹੈ ਜੀ ਕਰੋਟਨ ਪਲਾਂਟ। ਇਹ ਵੀ ਕਰੋਟਨ ਪਲਾਂਟ ਦੀ ਇੱਕ ਪ੍ਰਜਾਤੀ ਹੈ ਜੀ। ਇਹਨੂੰ ਵੀ ਜਿਹੜੀ ਆ ਗਰੋ ਹੋਣ ਵਾਸਤੇ ਘੱਟ ਜਗ੍ਹਾ ਚਾਹੀਦੀ ਆ। 4 ਇੰਚ ਦੇ ਵਿੱਚ ਇਹ ਵੀ ਵਧੀਆ ਤਰੀਕੇ ਨਾਲ ਚੱਲ ਸਕਦਾ ਆ। ਇਸ ਕਰਕੇ ਪਲਾਂਟ ਹੀ ਉਹ ਚੂਜ਼ ਕੀਤੇ ਆ ਜਿਹੜੇ 4 ਇੰਚ ਗਮਲੇ ਦੇ ਵਿੱਚ ਵਧੀਆ ਚੱਲਣ। ਤੁਸੀਂ ਵੀ ਜੇਕਰ ਟਾਵਰ ਬਣਾਉਣਾ ਚਾਹੁੰਦੇ ਹੋ ਤਾਂ ਉਹ ਪਲਾਂਟ ਚੂਜ਼ ਕਰਨੇ ਆ ਜਿਹੜੇ 4 ਇੰਚ ਦੇ ਵਿੱਚ ਵਧੀਆ ਤਰੀਕੇ ਨਾਲ ਚੱਲ ਸਕਣ।
ਇਹ ਵਾਲਾ ਜਿਹੜਾ ਪਲਾਂਟ ਹੈ ਜੀ ਇਹਨੂੰ ਕਹਿੰਦੇ ਆ ਬੇਬੀ ਸਨ ਰੋਜ਼। ਇਹ ਵੀ ਜਿਹੜਾ 4 ਇੰਚ ਦੇ ਵਿੱਚ ਵਧੀਆ ਤਰੀਕੇ ਨਾਲ ਗਰੋ ਕਰਦਾ ਆ, ਇਸ ਕਰਕੇ ਇਹਨੂੰ ਆਪਣੇ ਟਾਵਰ ਵਾਸਤੇ ਚੂਜ਼ ਕੀਤਾ ਸੀ। ਇਹ ਕਾਫੀ ਸਾਰੇ ਪਲਾਂਟ ਲਾਉਣ ਤੋਂ ਬਾਅਦ ਇਹ ਜਿਹੜਾ ਗਮਲਿਆਂ ਦਾ ਟਾਵਰ ਆ ਜੀ ਉਹ ਤਿਆਰ ਹੋ ਗਿਆ ਆ ਅਤੇ ਬੜੀ ਮਿਹਨਤ ਨਾਲ ਵੀਡੀਓ ਬਣੀ ਆ। ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਅਤੇ ਤੁਸੀਂ ਦੱਸਿਓ ਕਿ ਕਿਵੇਂ ਦਾ ਬਣਿਆ ਆ ਟਾਵਰ। ਜੇ ਕੋਈ ਕਮੀ ਰਹਿ ਗਈ ਹੈ ਤਾਂ ਵੀ ਕਮੈਂਟ ਕਰਿਓ, ਜੇ ਵਧੀਆ ਲੱਗਾ ਤਾਂ ਵੀ ਕਮੈਂਟ ਕਰਿਓ। ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਵੱਧ ਤੋਂ ਵੱਧ ਵਿਊ ਦਿਓ ਤਾਂ ਕਿ ਹੋਰ ਇੱਦਾਂ ਦੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਆਉਣ ਦਾ ਮੈਨੂੰ ਉਤਸ਼ਾਹ ਬਣਿਆ ਰਹੇ। ਅਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਵੇਖਣ ਲਈ, ਅਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਕਿਰਪਾ ਕਰਕੇ। ਧੰਨਵਾਦ ਜੀ ਤੁਹਾਡਾ ਵੀਡੀਓ ਵੇਖਣ ਲਈ।